ਹੀ ਕਿਸਾਨ ਵੀਰਾਂ ਨੂੰ ਬੇਨਤੀ ਹੈ ਧਿਆਨ ਨਾਲ ਸੁਣੋ ਜੀ ਐਸਡੀਐਮ ਵੱਲੋਂ ਨਿਰਦੇਸ਼ ਜਾਰੀ ਕੀਤਾ ਗਿਆ ਹੈ ਜੋ ਕਿ ਝੋਨੇ ਦੀ ਪਰਾਲੀ ਨੂੰ ਅੱਗਾਂ ਲਗਾਈਆਂ ਜਾ ਰਹੀਆਂ 3:30 ਵਜੇ ਤੋਂ ਲੈ ਕੇ ਸ਼ਾਮ ਦੇ ਉਸ ਤੋਂ ਬਾਅਦ ਅੱਗ ਲਗਾ ਸਕਦੇ ਹੋ ਉਸ ਤੋਂ ਪਹਿਲਾਂ ਕਿਸੇ ਵੀ ਕਿਸਾਨ ਵੀਰ ਨੇ ਪਰਾਲੀ ਨੂੰ ਅੱਗ ਨਹੀਂ ਲਾਉਣੀ ਜੇ ਕੋਈ ਪਹਿਲਾਂ ਅੱਗ ਲਗਾਉਣ ਦਾ ਪਾਇਆ ਗਿਆ ਹੈ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਜਿਸ ਕਿਸੇ ਨੇ ਵੀ ਅੱਗ ਲਗਾਉਣੀ ਹੈ ਸ਼ਾਮ ਦੇ 3:30 ਵਜੇ ਤੋਂ ਬਾਅਦ ਅੱਗ ਲਗਾ ਸਕਦੇ ਹੋ ਦੁਬਾਰਾ ਫਿਰ ਸਾਰੇ ਹੀ ਕਿਸਾਨ ਭਰਾਵਾਂ ਨੂੰ ਬੇਨਤੀ ਹੈ ਐਸਡੀਐਮ ਫੂਲ ਵੱਲੋਂ ਨਿਰਦੇਸ਼ ਜਾਰੀ ਕੀਤਾ ਗਿਆ ਹੈ ਕਿ ਕਿਸਾਨ ਵੀਰਾਂ ਨੇ ਜੋ ਪਰਾਲੀ ਨੂੰ ਅੱਗ ਹੈ 3:30 ਵਜੇ ਤੋਂ ਬਾਅਦ ਲਗਾਉਣੀ ਹੈ ਉਸ ਤੋਂ ਪਹਿਲਾਂ ਕਿਸੇ ਨੇ ਵੀ ਅੱਗ ਨਹੀਂ ਲਾਉਣੀ ਜੇ ਕੋਈ ਪਹਿਲਾਂ ਅੱਗ ਕਿਸੇ ਨੇ ਲਗਾਈ ਹੈ ਭਾਈ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਇਸ ਲਈ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ 3:30 ਵਜੇ ਤੋਂ ਬਾਅਦ ਹੀ ਅੱਗ ਲਗਾਉਣ ਦੀ ਕਿਰਪਾਲਤਾ ਕਰਨੀ ਹੈ ਧਿਆਨ ਵਿੱਚ ਰੱਖਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਹੀ ਕਿਸਾਨ ਵੀਰਾਂ ਨੂੰ ਬੇਨਤੀ ਹੈ ਧਿਆਨ ਨਾਲ ਸੁਣੋ ਜੀ ਐਸਡੀਐਮ ਵੱਲੋਂ ਨਿਰਦੇਸ਼ ਜਾਰੀ ਕੀਤਾ ਗਿਆ ਹੈ ਜੋ ਕਿ ਝੋਨੇ ਦੀ ਪਰਾਲੀ ਨੂੰ ਅੱਗਾਂ ਲਗਾਈਆਂ ਜਾ ਰਹੀਆਂ 3:30 ਵਜੇ ਤੋਂ ਲੈ ਕੇ ਸ਼ਾਮ ਦੇ ਉਸ ਤੋਂ ਬਾਅਦ ਅੱਗ ਲਗਾ ਸਕਦੇ ਹੋ ਉਸ ਤੋਂ ਪਹਿਲਾਂ ਕਿਸੇ ਵੀ ਕਿਸਾਨ ਵੀਰ ਨੇ ਪਰਾਲੀ ਨੂੰ ਅੱਗ ਨਹੀਂ ਲਾਉਣੀ ਜੇ ਕੋਈ ਪਹਿਲਾਂ ਅੱਗ ਲਗਾਉਣ ਦਾ ਪਾਇਆ ਗਿਆ ਹੈ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਜਿਸ ਕਿਸੇ ਨੇ ਵੀ ਅੱਗ ਲਗਾਉਣੀ ਹੈ ਸ਼ਾਮ ਦੇ 3:30 ਵਜੇ ਤੋਂ ਬਾਅਦ ਅੱਗ ਲਗਾ ਸਕਦੇ ਹੋ ਦੁਬਾਰਾ ਫਿਰ ਸਾਰੇ ਹੀ ਕਿਸਾਨ ਭਰਾਵਾਂ ਨੂੰ ਬੇਨਤੀ ਹੈ ਐਸਡੀਐਮ ਫੂਲ ਵੱਲੋਂ ਨਿਰਦੇਸ਼ ਜਾਰੀ ਕੀਤਾ ਗਿਆ ਹੈ ਕਿ ਕਿਸਾਨ ਵੀਰਾਂ ਨੇ ਜੋ ਪਰਾਲੀ ਨੂੰ ਅੱਗ ਹੈ 3:30 ਵਜੇ ਤੋਂ ਬਾਅਦ ਲਗਾਉਣੀ ਹੈ ਉਸ ਤੋਂ ਪਹਿਲਾਂ ਕਿਸੇ ਨੇ ਵੀ ਅੱਗ ਨਹੀਂ ਲਾਉਣੀ ਜੇ ਕੋਈ ਪਹਿਲਾਂ ਅੱਗ ਕਿਸੇ ਨੇ ਲਗਾਈ ਹੈ ਭਾਈ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਇਸ ਲਈ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ 3:30 ਵਜੇ ਤੋਂ ਬਾਅਦ ਹੀ ਅੱਗ ਲਗਾਉਣ ਦੀ ਕਿਰਪਾਲਤਾ ਕਰਨੀ ਹੈ ਧਿਆਨ ਵਿੱਚ ਰੱਖਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ